ਅਜੀ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਖਡੂਰ ਸਭਾ ਹਲਕਾ ਤੋਂ ਜਿਹੜੇ ਆ ਇੱਥੋਂ ਵੱਡੀ ਲੀਡ ਦੇ ਨਾਲ ਜਿਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ, ਅੱਜ ਉਹਨਾਂ ਦਾ ਜਿਹੜਾ ਸਹੁੰ ਚੁੱਕ ਜਿਹੜਾ ਸਮਾਗਮ ਹੋਇਆ ਵਾ ਉਹ ਸਹੁੰ ਚੁੱਕਣ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਸਮਰਥਕਾਂ ਵੱਲੋਂ ਨਾਅਰੇ ਲਾਏ ਜਾ ਰਹੇ ਆ ਔਰ ਜਿਹੜੇ ਲੱਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਆ। ਆਪਾਂ ਸਮਰਥਕਾਂ ਨਾਲ ਗੱਲਬਾਤ ਕਰਦੇ ਹਾਂ, ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਅੱਜ ਜਿਹੜੀ ਸਹੁੰ ਚੁੱਕ ਸਮਾਗਮ ਦੇ ਵਿੱਚ ਖੁਸ਼ੀ ਮਨਾਈ ਗਈ, ਕੀ ਕਹਿਣਾ ਚਾਹੁੰਦੇ ਜੀ? ਦੇਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਜਿਹੜਾ ਧਿਆ ਦੇਣ ਵਾ ਜਿਹੜਾ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਸਹੁੰ ਚੁੱਕ ਸਮਾਗਮ ਦੇ ਵਿੱਚ ਬਹੁਤ ਜਿਹੜਾ ਸਾਰੀ ਸਿੱਖ ਸੰਗਤ ਜਿਹੜੀ ਦੇਖਦੀ ਪਈ ਸੀ, ਅੱਜ ਉਹ ਦਿਨ ਆ ਗਿਆ ਵਾ। ਭਾਈ ਅੰਮ੍ਰਿਤਪਾਲ ਸਿੰਘ ਨੂੰ ਸਰਕਾਰ ਨੇ ਜਿਹੜਾ ਬਹੁਤ ਦੇਰ ਨਾਲ ਜਿਹੜਾ ਇਹ ਕਦਮ ਪੁੱਟਿਆ ਵਾ, ਪਰ ਜਿਹੜਾ ਪੁੱਟਿਆ ਵਾ ਸ਼ਲਾਘਾਯੋਗ ਵਾ। ਪਰ ਅਸੀਂ ਸਾਰੀ ਸਿੱਖ ਸੰਗਤ ਸੈਂਟਰ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ, ਪੰਜਾਬ ਸਰਕਾਰ ਨੂੰ, ਕਿ ਜਿਹੜਾ ਭਾਈ ਸਾਹਿਬ ਨੂੰ ਜਿਹੜੀ ਉਹਨਾਂ ਦੀ ਜਿਹੜਾ ਗੈਰ ਕਾਨੂੰਨੀ ਜਿਹੜਾ ਢੰਗ ਨਾਲ ਜਿਹੜਾ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਵਾ, ਉਹਨਾਂ ਨੂੰ ਜਲਦ ਰਿਹਾ ਕਰਕੇ ਜਿਹੜੀ ਆ ਜਿਹੜੀ ਪੰਜਾਬ ਦੀ ਜਿਹੜੀ ਆ ਜਿਹੜੀ ਕੌਮ ਦੀ ਜਿਹੜੀ ਸੇਵਾ ਵਾ ਉਹਨਾਂ ਨੂੰ ਬਹਾਲ ਕੀਤੀ ਜਾਵੇ। ਜਿਹੜੇ ਹੋਰ ਵੀ ਬੰਦੀ ਸਿੰਘ ਹੈਗੇ ਆ ਉਹਨਾਂ ਵਾਸਤੇ ਵੀ ਆਪਣੇ ਜਿਹੜੀ ਆ ਸੰਗਤ ਕੀ ਆਵਾਜ਼ ਉਠਾਉਣੀ ਚਾਹੁੰਦੀ ਆ? ਦੇਖੋ ਜੀ, ਬਾਕੀ ਜਿੰਨੀਆਂ ਵੀ ਪੰਜਾਬ ਸਰਕਾਰ ਜਿਹੜੇ ਲੋਕ ਨੇ ਪੰਜਾਬ ਦੇ, ਉਹ ਲੋਕ ਜਾਣ ਚੁੱਕੇ ਨੇ ਵੀ ਜਿਹੜੀਆਂ ਸਰਕਾਰਾਂ ਇਹ ਨਿਕੰਮੀਆਂ ਵਾ, ਇਹਨਾਂ ਦੇ ਹੱਥ ਵੱਸ ਕੁਛ ਨਹੀਂ ਹੈਗਾ। ਅਤੇ ਉਹ ਜਿਹੜੇ ਆਜ਼ਾਦ ਉਮੀਦਵਾਰ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਆਜ਼ਾਦ ਉਮੀਦਵਾਰ ਖਲੋਤੇ ਨੇ, ਉਹਨਾਂ ਨੂੰ ਇੱਕ ਤਰਫਾ ਜਿਹੜਾ ਵਸਵਾ ਦੇ ਕੇ ਉਹ ਜਿੱਤ ਦੀ ਪ੍ਰਾਪਤੀ ਕਰਨਗੇ ਜੀ। ਅੱਜ ਜਿਹੜਾ ਤੁਹਾਡੇ ਵੱਲੋਂ ਇੱਥੇ ਲੱਡੀ ਵੰਡੇ ਗਏ ਆ, ਖੁਸ਼ੀ ਮਨਾਈ ਗਈ, ਜਕਾਰੇ ਲਾਏ ਜਾ ਰਹੇ ਆ, ਔਰ ਅੱਗਾ ਅੱਗੇ ਤੁਹਾਡਾ ਕੀ ਭਵਿੱਖ ਦੇ ਵਿੱਚ ਪ੍ਰੋਗਰਾਮ ਹੈਗਾ ਵਾ, ਔਰ ਹਲਕਾ ਖਡੂਰ ਸਾਹਿਬ ਦੀ ਡਿਵੈਲਪਮੈਂਟ ਲਈ ਕੀ ਮੰਗ ਹੈਗੀ ਆ? ਦੇਖੋ ਜੀ, ਡਿਵੈਲਪਮੈਂਟ ਤਾਂ ਬਹੁਤ ਸਾਰੀਆਂ ਹੈਗੀਆਂ, ਨਾ ਇੱਥੇ ਕੋਈ ਇੰਡਸਟਰੀ ਆ ਜੀ, ਨਾ ਤਾਂ ਮੰਗਾਂ ਤਾਂ ਬਹੁਤ ਸਾਰੀਆਂ ਹੈਗੀਆਂ। ਵੀ ਸਭ ਤੋਂ ਜਿਹੜੀ ਮੇਨ ਮੰਗ ਹੈਗੀ ਹੈ ਵੀ ਸਾਡੇ ਜਿਹੜਾ ਨਾਲ ਪਾਕਿਸਤਾਨ ਜਿਹੜੀ ਬਾਰਡਰ ਲੱਗਦਾ ਵਾ, ਉਹਦੇ ਕਰਕੇ ਜਿਹੜਾ ਸਾਡੇ ਹਲਕੇ ਵਿੱਚ ਨਸ਼ਾ ਪੁੱਤ ਹਰ ਘਰ ਦੇ ਵਿੱਚ, ਇੱਕ ਇੱਕ ਘਰ ਦੇ ਵਿੱਚ ਨਸ਼ਾ ਵਾ। ਅਤੇ ਅਸੀਂ ਸਰਕਾਰ ਨੂੰ ਅਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਜਿਹੜਾ ਇੱਥੇ ਜਿਹੜੇ ਇੱਥੇ ਬੰਦੇ ਤਾਂ ਨਸ਼ਾ ਕਰਦੇ ਆ, ਨਾਲ ਇੱਥੇ ਕੁੜੀਆਂ ਵੀ ਨਸ਼ਾ ਜਿਹੜੀਆਂ ਕਰਦੀਆਂ ਵਾ। ਤੁਸੀਂ ਦੇਖੋਗੇ ਹੋਸਪਿਟਲ, ਸਿਵਲ ਹੋਸਪਿਟਲ ਦੇ ਵਿੱਚ ਜਾ ਕੇ ਤੁਸੀਂ ਦੇਖੋਗੇ ਅੱਜ ਦੀ ਡੇਟ ਦੇ ਵਿੱਚ ਕਾਫੀ ਕੁੜੀਆਂ ਜਿਹੜੀਆਂ ਦਾਖਲ ਹੋ ਉੱਥੇ ਨਸ਼ੇ ਦੇ ਦਾਖਲ ਹੋ ਚੁੱਕੀਆਂ ਵਾ। ਪਰ ਅਸੀਂ ਸਰਕਾਰ ਨੂੰ ਇਹ ਦਲਦਲ ਦੀ ਜਿਹੜੀ ਆ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਅਸੀਂ ਜਿਹੜਾ ਰਿਹਾ ਕਰਕੇ ਉਹਨਾਂ ਨੂੰ ਜਿਹੜਾ ਕਾਰ ਜਿਹੜਾ ਜਿਹੜੀ ਵਹੀਰ ਚਲਾਈ ਉਹ ਦੁਬਾਰਾ ਵਹੀਰ ਚਲਾਈ ਜਾਊਗੀ। ਬਿਲਕੁਲ ਜੀ, ਭਾਈ ਅੰਮ੍ਰਿਤਪਾਲ ਸਿੰਘ ਜਿਹੜਾ ਨਸ਼ੇ ਦੇ ਕਰਕੇ ਜਿਹੜਾ ਵਾ ਮੇਨ ਲੋਕਾਂ ਨੇ ਵੋਟਾਂ ਪਾਈਆਂ ਸੀ ਔਰ ਬਾਹਰ ਕੱਢਿਆ ਗਿਆ ਵਾ, ਕੀ ਕਹਿਣਾ ਚਾਹੁੰਦੇ ਜਿਹੜੇ ਆਉਣ ਵਾਲੇ ਦੂਜੇ ਹੋਰ ਸਿੰਘਾਂ ਨੂੰ ਜਿਹੜੀ ਆਪ ਇਲੈਕਸ਼ਨ 'ਚ ਖਿਲਾਰਨਾ ਵਾ? ਜਿਹੜੇ ਭਾਈ ਸਾਹਿਬ ਦੇ ਨਾਲ ਜੇਲ੍ਹ ਦੇ ਵਿੱਚ ਨੇ ਉਹਨਾਂ ਨੇ ਵੀ ਜਿਹੜੀ ਆ ਹੁਣ ਆਜ਼ਾਦ ਤੌਰ 'ਤੇ ਇਲੈਕਸ਼ਨ ਲੜਨੀ ਆ, ਕਿਉਂਕਿ ਸਾਰਿਆਂ ਹਲਕਿਆਂ ਦੇ ਵਿੱਚੋਂ ਬਹੁਤ ਵਧੀਆ ਹੰਗਾਰਾ ਜਿਹੜਾ ਮਿਲ ਰਿਹਾ ਵਾ। ਉੱਥੋਂ ਟੀਮਾਂ ਬਣਾਈਆਂ ਗਈਆਂ, ਅਲੱਗ ਅਲੱਗ ਟੀਮਾਂ ਬਣਾ ਕੇ ਉਹ ਜਿਹੜੇ ਕੰਮ ਕਰਨਗੀਆਂ। ਜਿਸ ਤਰ੍ਹਾਂ ਭਾਈ ਸਾਹਿਬ ਨੂੰ ਜਿੱਤ ਮਿਲੀ ਉਸੇ ਤਰ੍ਹਾਂ ਹੀ ਜਿੱਤ ਮਿਲੂਗੀ, ਇਸੇ ਤਰ੍ਹਾਂ ਹੀ ਸਾਰਿਆਂ ਹਲਕਿਆਂ ਦੇ ਵਿੱਚੋਂ ਉਹਨਾਂ ਨੂੰ ਭਾਈ ਸਾਹਿਬ ਉਹਨਾਂ ਨੂੰ ਪਿਆਰ ਮਿਲੂਗਾ ਜੀ। ਲੋਕਾਂ ਨੂੰ ਕਿਹੜੀ ਜਿਹੜੀ ਮੇਨ ਇਸ ਵੇਲੇ ਮੰਗ ਹੈਗੀ ਪੰਜਾਬ ਦੇ ਵਿੱਚ ਜਿਹੜੀ ਜਵਾਨੀ ਨੂੰ ਬਚਾਉਣ ਲਈ? ਸਭ ਤੋਂ ਮੇਨ ਮੁੱਦਾ ਜੀ ਜਿਹੜਾ ਨਸ਼ੇ ਦਾ, ਉਹ ਸਾਰੀਆਂ ਜਿਹੜੇ ਕਾਂਗਰਸੀ ਸਰਕਾਰ ਵੀ ਉਹ ਵੀ ਕਹਿੰਦੀ ਰਹੀ ਵੀ 4 ਮਹੀਨੇ ਕਰਦਾ, ਇਹ ਕਹਿੰਦੇ 20 ਦਿਨਾਂ 'ਚ ਕਰਦਾਂਗੇ, ਇਹਨਾਂ ਕੋਲ ਵੀ ਖਤਮ ਨਹੀਂ ਹੋਇਆ। ਮੇਨ ਗੱਲ ਇਹੋ ਹੀ ਆ, ਝੂਠ ਮਾਰ ਕੇ ਸਰਕਾਰ ਆਈ ਆ, ਇਹ ਜਿਹੜੀ ਆ ਇਹਨਾਂ ਦੀ ਫੱਟੀ ਪੁੱਛੀ ਗਈ, ਹੁਣ ਜਿਹੜੇ ਆਜ਼ਾਦ ਉਮੀਦਵਾਰ ਜਿਹੜੇ ਆ ਉਹੀ ਜਿੱਤਣਗੇ। ਕੀ ਲੱਗਦਾ ਦੂਜੀਆਂ ਸਰਕਾਰਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਤੋਂ ਕਿਸੇ ਕਿਸੇ ਦਾ ਡਰ ਲੱਗ ਜਾਂਦਾ ਵੀ ਆਉਣ ਵਾਲਾ ਮਾਹੌਲ ਕਿਹੋ ਜਾਊਗਾ ਪੰਜਾਬ? ਦੇਖੋ ਜੀ, ਸਰਕਾਰਾਂ ਨੂੰ ਡਰ ਤਾਂ ਵੈਸੇ ਚਾਹੀਦਾ ਨਹੀਂ ਗਾ, ਕਿਉਂਕਿ 4 ਲੱਖ ਬੰਦੇ ਨੇ ਵੋਟ ਜਿਹੜੀ ਪਾਈ ਆ ਇੱਥੋਂ ਦੇ ਖਡੂਰ ਸਾਹਿਬ ਹਲਕੇ ਨੇ, ਅਤੇ ਸਾਨੂੰ ਤਾਂ ਕੋਈ ਖਤਰਾ ਨਹੀਂ, ਖਤਰਾ ਸਿਰਫ ਸਰਕਾਰਾਂ ਨੂੰ ਆ, ਉਹਨੂੰ ਆਪਣਾ ਕੁਰਸੀ ਦਾ ਡਰ ਆ। ਇੱਕ ਸੱਚਾ ਸੁੱਚਾ ਬੰਦਾ ਜਿਹੜਾ ਆ ਕੇ ਸਾਡੇ ਸਾਹਮਣੇ ਬਹਿ ਜਾਣਾ ਵਾ ਅਤੇ ਸਾਨੂੰ ਸਵਾਲ ਜਵਾਬ ਕਰਨੇ ਆ, ਸਾਨੂੰ ਸਵਾਲ ਸਾਡੇ ਕੋਲ ਉਹਨਾਂ ਦੇ ਜਵਾਬ ਜਿਹੜੇ ਸਾਡੇ ਕੋਲ ਹੈ ਨਹੀਂ ਗੇ, ਇਸ ਚੀਜ਼ ਦਾ ਉਹਨਾਂ ਕੋਲ ਡਰ ਆ, ਹੋਰ ਕੋਈ ਗੱਲ ਨਹੀਂ। ਬਿਲਕੁਲ ਜੀ, ਭਾਈ ਅੰਮ੍ਰਿਤਪਾਲ ਸਿੰਘ ਦੇ ਆਉਣ ਦੇ ਨਾਲ ਸਰਕਾਰਾਂ ਨੂੰ ਆਪਣੀ ਕੁਰਸੀ ਦਾ ਡਰ ਪੈ ਗਿਆ ਵਾ, ਕਿਉਂਕਿ ਵੱਡਾ ਨਸ਼ਾ ਜਿਹੜਾ ਇਹ ਵੇਲੇ ਜਿਹੜਾ ਪੰਜਾਬ ਦੇ ਵਿੱਚ ਵੱਡਾ ਮੁੱਦਾ ਨਸ਼ੇ ਦਾ ਵਾ, ਔਰ ਨਸ਼ੇ ਦੇ ਜਿਹੜਾ ਵਾ ਉਹ ਲੋਕ ਖਤਮ ਕਰਾਉਣਾ ਚਾਹੁੰਦੇ ਆ। ਤਾਂ ਹੀ ਭਾਈ ਅੰਮ੍ਰਿਤਪਾਲ ਸਿੰਘ ਨੂੰ 2 ਲੱਖ ਦੀ ਲੀਡ ਤੋਂ ਵੱਧ ਵੋਟਾਂ ਦੇ ਨਾਲ ਜਿਹੜੀ ਉਹ ਜਿੱਤ ਪ੍ਰਾਪਤ ਹੋਈ ਆ, ਔਰ ਅੱਜ ਉਹਨਾਂ ਦੀ ਸਹੁੰ ਚੁੱਕ ਸਮਾਗਮ ਦੇ ਜਿਹੜਾ ਲੱਡੂ ਵੰਡੇ ਗਏ ਖੁਸ਼ੀ ਮਨਾਈ ਗਈ ਆ। ਤਰਨ ਤਾਰਨ ਦੀਆਂ ਸੰਗਤਾਂ ਸਪੋਰਟਰਾਂ ਨੇ ਉਹਨਾਂ ਦਾ
ਜਿਹੜਾ ਵਾ ਜਸ਼ਨ ਮਨਾ ਕੇ ਜਿਹੜਾ ਸਵਾਗਤ ਕੀਤਾ ਵਾ ਅਤੇ ਮਨਵਿੰਦਰ ਮਿਲਾਪ ਰੋਟੀ ਵੀ ਧਰਨ ਦਾ ਜਿਹੜਾ ਭਾਈ ਸਾਹਿਬ ਨੂੰ ਇੰਨੀ ਵੋਟ ਪੈਣ ਦਾ ਕਾਰਨ ਇਹ ਸੀ ਵੀ ਉਹਨਾਂ ਨੇ ਜਦੋਂ ਉਹਨਾਂ ਨੇ ਖਾਲਸਾ ਵਿਹੀਰ ਚਲਾਈ ਹਰ ਇੱਕ ਧਰਮ ਦੇ ਬੰਦੇ ਨੂੰ ਆਪਣੀ ਛਾਤੀ ਨਾਲ ਹਿੱਕਣਾ ਲਾ ਕੇ ਇੱਥੋਂ ਤੱਕ ਦੂਸਰੇ ਧਰਮਾਂ ਲੋਕਾਂ ਦੇ ਨਸ਼ੇ ਛਡਾਏ ਔਰ ਲੋਕਾਂ ਦੀ ਇੰਟਰਵਿਊ ਵੀ ਆ ਚੁੱਕੀ ਆ ਇਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਹਰ ਆਉਣ ਦੇ ਨਾਲ ਤਰਨ ਤਾਰਨ ਖਡੂਰ ਸਾਹਿਬ ਹਲਕਾ ਨਸ਼ਾ ਸੁਧਾਰ ਹੋਏਗਾ ਲੁੱਟਾਂ ਖੋਹਾਂ ਚੋਰੀਆਂ ਡਕੈਤੀਆਂ ਅਤੇ ਫਰੌਤੀਆਂ ਇਹਦੇ ਵਿੱਚ ਸੁਧਾਰ ਹੋਏਗਾ ਕਿਉਂਕਿ ਬਹੁਤ ਜ਼ਿਆਦਾ ਗਦਰ ਪੈ ਚੁੱਕਾ ਹੈ ਲੋਕਾਂ ਨੂੰ ਧਮਕੀ ਭਰੇ ਪੱਤਰ ਆ ਰਹੇ ਹਨ ਧਮਕੀ ਭਰੇ ਫੋਨ ਆ ਰਹੇ ਹਨ ਬਿਲਕੁਲ ਪ੍ਰਸ਼ਾਸਨ ਜਿਹੜਾ ਵਾ ਉਸ ਕੁੰਭਕਰਨੀ ਨਹੀਂ ਸੁੱਤਾ ਪਿਆ ਸਰਕਾਰ ਕਹਿੰਦੀ ਮੇਰਾ ਬੜਾ ਕੰਟਰੋਲ ਬਿਲਕੁਲ ਭਗਵੰਤ ਮਾਨ ਦੀ ਸਰਕਾਰ ਦਾ ਕੰਟਰੋਲ ਨਹੀਂ ਹੈਗਾ ਜੇ ਇਹ ਨਹੀਂ ਕਰ ਸਕਦੀ ਫਿਰ ਜਨਤਾ ਨੂੰ ਅਧਿਕਾਰ ਦੇ ਦਿਓ ਵੇਖਾਂਗੇ ਫਿਰ ਮਨੁੱਖੀ ਅਧਿਕਾਰ ਲੰਘਣਾ ਕਿਵੇਂ ਹੁੰਦੀ ਆ ਫਿਰ ਅਸੀਂ ਮਨੁੱਖੀ ਅਧਿਕਾਰਾਂ ਦੇ ਖੇਤਰ ਰਹਿ ਕੇ ਕੰਮ ਕਰਦੇ ਭਾਈ ਅੰਮ੍ਰਿਤ ਸਾਗਰ ਨੂੰ ਰਿਹਾਅ ਕਰਨਾ ਚਾਹੀਦਾ ਹਰ ਹਾਲਤ ਵਿੱਚ ਤਾਂ ਕਿ ਅਸੀਂ ਉਹਨਾਂ ਨਾਲ ਚੱਲ ਕੇ ਜਿੱਥੇ ਸਾਡੀਆਂ ਡਿਊਟੀਆਂ ਲਾਉਣਗੇ ਅਸੀਂ ਕੰਮ ਕਰਾਂਗੇ ਅਤੇ ਜਿਹੜੀ ਮਨੁੱਖੀ ਅਧਿਕਾਰ ਪਾਲਣਾ ਤਾਂ ਹੋਵੇਗੀ ਕਿਉਂਕਿ ਮੈਂ ਪਹਿਲਾਂ ਬੇਟੀਆਂ ਦਿਓ ਵੀ ਅੱਜ ਤੱਕ ਕਦੀ ਇਸ ਤਰ੍ਹਾਂ ਨਹੀਂ ਹੋਇਆ ਇਹ ਬਿਲਕੁਲ ਧੱਕਾ ਹੋ ਰਿਹਾ ਵਾ ਸਹੁੰ ਚੁੱਕ ਤੋਂ ਬਾਅਦ ਬਤੌਰ ਬਰਾਬਰ ਬਹਿਦੇ ਹੋ MP ਬਣ ਚੁੱਕੇ ਹਨ ਹਲਕੇ ਦੇ ਖਡੂਰ ਸਾਹਿਬ ਦੇ ਮੇਰੀ ਬੇਨਤੀ ਹੈ ਸਰਕਾਰ ਨੂੰ ਕਿ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਉਹ ਆਪਣੇ ਕੰਮਕਾਰ ਸਾਂਭ ਸਕਣ।